ਅਨਫੋਰਚੁਨੇਟ ਗੱਲ ਹੈ ਡੈਮੋਕਰੇਸੀ ਦੇ ਵਿੱਚ ਸਪੈਸ਼ਲੀ ਜਿਹੜਾ ਸਾਡਾ ਪਾਰਲੀਮੈਂਟਰੀ ਸਿਸਟਮ ਸੀ ਇਹਦੇ ਵਿੱਚ ਜਿਹੜਾ ਲੀਡਰ ਆਫ ਦੀ ਓਪੋਜੀਸ਼ਨ ਹੁੰਦਾ ਉਸ ਨੂੰ ਸ਼ੈਡੋ ਚੀਫ ਮਿਨਿਸਟਰ ਕਿਹਾ ਜਾਂਦਾ। ਜੇ ਸ਼ੈਡੋ ਚੀਫ ਮਿਨਿਸਟਰ ਜਾਂ ਲੀਡਰ ਆਫ ਦੀ ਓਪੋਜੀਸ਼ਨ ਇਸ ਕਿਸਮ ਦੀ ਮਰਿਆਦਾ ਦੇ ਸ਼ਬਦ ਇਸਤੇਮਾਲ ਕੀਤੇ ਜਾਂਦੇ ਮੈਂ ਸਭ ਨੇ ਇਸ ਤੋਂ ਵੱਡੀ ਅਫਸੋਸ ਨਾਲ ਗੱਲ ਕੀਤੀ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਵਿਸ਼ੇਸ਼ ਤੌਰ ਆਪਣੀ ਨੌਜਵਾਨ ਪੀੜ੍ਹੀ ਨੂੰ ਚੀਫ ਮਿਨਿਸਟਰ ਪੰਜਾਬ ਕਿਸ ਕਿਸਮ ਦਾ ਸੰਦੇਸ਼ ਦੇਣਾ ਚਾਹੁੰਦੇ ਜਿਹੜੇ ਇਹਨਾਂ ਦੇ ਇਲਜ਼ਾਮ ਵੇਖੋ ਓਪੋਜੀਸ਼ਨ ਦਾ ਕੰਮ ਹੈ ਗਵਰਨਮੈਂਟ ਨੂੰ ਪਿੰਨ ਡਾਊਨ ਕਰਕੇ ਰੱਖਣਾ ਜਿਹੜੇ ਜੋ ਵੀ ਤੁਸੀਂ ਕੱਲ੍ਹ ਵੇਖੋ ਕੱਲ੍ਹ ਨੌਜਵਾਨ ਬੱਚੇ ਤਿੰਨਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਫਿਰੋਜ਼ਪੁਰ 'ਚ। ਅਸੀਂ ਪਹਿਲੇ ਦਿਨ ਉਹ BAC ਦੀ ਕਮੇਟੀ 'ਚ ਵੀ ਗੱਲ ਕਹੀ ਸਪੀਕਰ ਸਾਹਿਬ ਨੂੰ ਸਪੀਕਰ ਸਾਹਿਬ ਸਾਰਿਆਂ ਨੂੰ ਵੱਡਾ ਪੰਜਾਬ ਦੇ ਬਹੁਤ ਸਾਰੇ ਮਸਲੇ ਨੇ ਬਟ ਉਹਨਾਂ ਸਾਰਿਆਂ ਨੂੰ ਵੱਡਾ ਮਸਲਾ ਲਾਅ ਐਂਡ ਆਰਡਰ ਅਤੇ ਉਹਦੇ 'ਚ ਤੁਸੀਂ ਡਿਸਕਸ਼ਨ ਦਾ ਵਕਤ ਵੇਖੋ ਡਿਸਕਸ਼ਨ ਨਹੀਂ ਹੋਈ ਕਿੱਥੇ ਉਹ ਲਾਰੈਂਸ ਬਿਸ਼ਨੋਈ ਤੋਂ ਲੈ ਕੇ ਤੁਸੀਂ ਹਰ ਰੋਜ਼ ਵੇਖ ਰਹੇ ਹੋ ਕੀ ਇੱਥੇ ਕੰਮ ਹੋ ਰਿਹਾ ਚੁਣੌਤੀਆਂ ਦਾ ਇੰਨਾ ਭਾਰੀ ਜ਼ੋਰ ਹੈ ਕੋਈ ਇਨਵੈਸਟਰ ਡਰਦਾ ਪੰਜਾਬ 'ਚ ਨਹੀਂ ਆ ਰਿਹਾ ਜਿਹੜੇ ਲੋਕ ਪੰਜਾਬ 'ਚ ਜਿਨ੍ਹਾਂ ਦੀ ਇਨਵੈਸਟਮੈਂਟਸ ਵੀ ਆਏ ਉਹ ਵੀ ਪੰਜਾਬ ਛੱਡ ਕੇ ਬਾਹਰ ਜਾ ਰਹੇ ਉਹ ਇੱਕ ਚੀਫ ਮਿਨਿਸਟਰ ਇਸ ਅਤੇ ਉਹ ਵੀ ਮੈਂ ਸਮਝਦਾ ਕਿ ਚੀਫ ਮਿਨਿਸਟਰ ਉਸ ਪੋਜੀਸ਼ਨ 'ਚ ਨਹੀਂ ਸੀ ਜਿਸ ਚੀਫ ਮਿਨਿਸਟਰ ਨੂੰ ਜਿਸ ਪੋਜੀਸ਼ਨ 'ਚ ਆ ਕੇ ਬਿਆਨ ਦੇਣਾ ਚਾਹੀਦਾ। ਆਈ ਥਿੰਕ ਸੋ ਦੇਅਰ ਵਾਜ਼ ਸਮਥਿੰਗ ਸੀਰੀਅਸਲੀ ਰੋਂਗ ਕੱਲ੍ਹ ਦਾ ਜਿਹੜਾ ਉਹਨਾਂ ਦਾ ਐਟੀਟਿਊਡ ਸੀ ਇਟ ਸ਼ੋਡ ਹੀ ਵਾਜ਼ ਨੋਟ ਇਨ ਅ ਨੋਰਮਲ ਪੋਜੀਸ਼ਨ ਮੈਨੂੰ ਨੋਰਮਲ ਨਹੀਂ ਸੀ ਜਾਪ ਰਿਹਾ ਐਬਨੋਰਮਲ ਜਾਪ ਰਿਹਾ। ਤੁਸੀਂ ਵੇਖੋ ਕਿਸ ਕਿਸਮ ਦਾ ਬਿੱਲ ਆਇਆ ਪਲੋਟ ਲੀਗਲ ਕਰਤੇ ਨੇ ਕੌਲੀ ਇਸ ਕਿਸਮ ਦੇ ਕੰਮ ਨੇ ਸੋ ਅੱਜ ਵੀ ਅਸੀਂ ਬਹੁਤ ਸਾਰੇ ਇਸ ਕਿਸਮ ਦੇ ਮਸਲੇ ਉਠਾਵਾਂਗੇ। ਚਲੋ ਇਹ ਜੋ ਮਰਜ਼ੀ ਕਰਦੇ ਰਹਿਣ ਇਹੀ ਇਹ ਕਾਰਨ ਬਣਿਆ ਜੋ ਚੀਫ ਮਿਨਿਸਟਰ ਦਾ ਇਹ ਤੌਰ ਤਰੀਕਾ ਇਹਨਾਂ ਦੀ ਜਿਹੜੀ ਭਾਸ਼ਾ ਇਹਨਾਂ ਦਾ ਜਿਹੜਾ ਕੰਡਕਟ ਹੈ ਹਾਊਸ ਦੇ ਵਿੱਚ ਤੇ ਆਊਟ ਆਫ ਹਾਊਸ ਉਹਦਾ ਕਾਰਨ ਹੀ ਬਣਿਆ ਕਿ 92 ਤੋਂ 32 ਤਿਆਰ ਜੇ ਇਹਨਾਂ ਨੂੰ ਅਜੇ ਵੀ ਨਹੀਂ ਸਮਝ ਆਉਂਦੀ ਤੇ ਅਸੀਂ ਵੈਲਕਮ ਕਰਾਂਗੇ ਕਿ ਤੁਸੀਂ ਇਸ ਤਰ੍ਹਾਂ ਹੀ ਕੰਟੀਨਿਊ ਕਰੋ ਆਉਂਦੇ ਟਾਈਮ ਦੇ ਵਿੱਚ ਇਹ 32 ਤੋਂ 10-12 ਤੇ ਰਹਿ ਜਾ। ਅੱਛਾ ਬਾਜੀ ਸਾਹਿਬ ASI ਬੋਰਡ ਸਿੰਘ ਦਾ ਮਸਲਾ ਬੜਾ ਉੱਠਿਆ ਸੀਗਾ ਸਪੀਕਰ ਕੱਲ ਬੈਕ ਆਊਟ ਕਰਕੇ ਨਹੀਂ ਕਹਿੰਦੇ ਮੈਂ ਤਾਂ ਕੱਲੀ ਰਿਪੋਰਟ ਕਰਕੇ ਕੈਂਸਲ ਅੱਜ ਸਪੀਕਰ ਸਾਹਿਬ ਨਾਲ ਗੱਲ ਕਰਾਂਗਾ ਸਪੀਕਰ ਸਾਹਿਬ ਇਹਦੇ ਵਿੱਚ ਖੁਦ ਡਿਸੀਜਨ ਨਹੀਂ ਲੈ ਸਕਦੇ ਕਿਉਂਕਿ ਸਪੀਕਰ ਸਾਹਿਬ ਨੇ ਸਾਰੇ ਹਾਊਸ ਨੂੰ ਕੋਨਫੀਡੈਂਸ ਚ ਲਿਆ ਇਹ ਯੂਨੈਨਿਮਸ ਫੈਸਲਾ ਜਿਹੜਾ ਹੈ ਬੋਰਡ ਸਿੰਘ ਵਾਲਾ ਇਹ ਹਾਊਸ ਨੇ ਕੀਤਾ ਉਸ ਤੋਂ ਬਾਅਦ ਸਪੀਕਰ ਸਾਹਿਬ ਦੇ ਹੱਥ 'ਚ ਨਹੀਂ ਰਹਿ ਗਿਆ ਇਹ ਜੋ ਕੁਝ ਵੀ ਕੀਤਾ ਇਹ ਸਮਝੋ ਅਨਕੋਨਸਟੀਟਿਊਸ਼ਨ ਨੇ। ਸਪੀਕਰ ਸਾਹਿਬ ਨੂੰ ਜਿੰਨਾ ਚਿਰ ਹਾਊਸ ਨੂੰ ਕੋਨਫੀਡੈਂਸ ਨਹੀਂ ਸੀ ਲੈ ਸਕਦੇ ਕੰਮ ਨਹੀਂ ਸੀ ਕਰ ਸਕਦੇ। ਅੱਜ ਮੈਂ ਪੁਆਇੰਟ ਚੁੱਕਾਂਗਾ ਸਪੀਕਰ ਸਾਹਿਬ ਕੋਲ ਕਿ ਸਪੀਕਰ ਸਾਹਿਬ ਤੁਹਾਡੇ ਕੋਲ ਪਾਵਰ ਹੈ ਨਾ ਇੱਕ ਵਾਰ ਤੁਸੀਂ ਸਾਰੇ ਹਾਊਸ ਦਾ ਓਪੀਨੀਅਨ ਲੈ ਕੇ ਉਹਨਾਂ ਨੂੰ ਸਰਬਸੰਮਤੀ ਨਾਲ ਇਹ ਕੰਮ ਕੀਤਾ ਹਾਊਸ ਦੇ ਕੋਲ ਤਾਕਤ ਹੈ ਤੁਹਾਡੇ ਕੋਲ ਹੁਣ ਤਾਕਤ ਨਹੀਂ ਰਹਿ ਗਈ ਕੱਲ ਤੁਸੀਂ ਜੋ ਜਿਸ ਤਰ੍ਹਾਂ DGP ਨੂੰ ਸਮਨ ਕੀਤਾ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਹੀ ਫਿਰ ਹਾਊਸ ਦੇ ਕੋਲੋਂ ਸਰਬਸੰਮਤੀ ਕਰਵਾਉਣ ਦਾ ਕੀ ਫਿਰ ਆਪਣੇ ਆਪ ਹੀ ਕਰ ਲਈ ਉਹ ਚੀਜ਼ਾਂ ਵੇਖੋ ਜਿਹੜੀਆਂ ਇਹ ਚੀਜ਼ਾਂ ਨੇ ਕੱਲ ਪ੍ਰੋਪਰਟੀਜ਼ ਨੂੰ ਲੈ ਕੇ ਵੀ ਤਲਖੀ ਜਿਹੜੀ NOC ਦਾ ਬਿੱਲ ਪਾਸ ਹੋਇਆ ਉਸ ਤੋਂ ਬਾਅਦ ਵੀ ਤੁਹਾਡਾ ਕਿਤੇ ਨਾ ਕਿਤੇ ਤਲਖੀ ਵਾਲਾ ਵੀ ਤੁਹਾਡੇ ਨਾਲ ਵੀ ਹੋਈ ਹੈ। ਵੇਖੋ ਤਲਖੀ ਤੋਂ ਅੱਜ ਤੋਂ ਮਜਬੂਰ ਹੈ ਇਹਨਾਂ ਦਾ CM ਜਿਹੜਾ ਤੁਹਾਨੂੰ ਮੈਂ ਦੱਸਿਆ ਹੀ ਵਾਜ਼ ਨੋਟ ਨੋਰਮਲ ਪੰਜਾਬ ਦੇ ਲੋਕ ਅੰਡਰਸਟੈਂਡ ਕਰਦੇ ਹੋਣਗੇ ਮੈਂ ਕਹਿਣਾ ਕੀ ਚਾਹੁੰਦਾ ਕੋਈ ਨੋਰਮਲ ਬੰਦੇ ਨਾਲ ਤੇ ਬਹਿਸ ਹੋ ਸਕਦੀ ਅਬਨੋਰਮਲ ਨਾਲ ਕੀ ਕਰੀਏ ਇਹ ਕੋਈ ਪਹਿਲੀ ਵਾਰ ਨਹੀਂ ਲੰਚ ਤੋਂ ਪਹਿਲੇ ਠੀਕ ਠਾਕ ਸਨ ਲੰਚ ਤੋਂ ਬਾਅਦ
ਮੈਨੂੰ ਨਹੀਂ ਪਤਾ ਇਹਨਾਂ ਨੂੰ ਕੀ ਹੋਇਆ। ਉਹ ਸਾਰਾ ਪੰਜਾਬ ਬਹੁਤ ਚੰਗੀ ਤਰ੍ਹਾਂ ਇਹਨਾਂ ਦੇ ਤੌਰ ਤਰੀਕੇ, ਇਹਨਾਂ ਦੇ ਜੈਸਚਰਸ, ਇਹਨਾਂ ਦਾ ਜਿਹੜਾ ਓਪੋਜੀਸ਼ਨ ਨੂੰ ਧਮਕਾਉਣ ਦਾ ਢੰਗ ਹੈ, ਡਰਾਉਣ ਦਾ ਢੰਗ ਹੈ ਜੀ, ਉਹ ਜਿਹੜਾ ਹੈ ਲੋਕਾਂ ਨੇ ਵੇਖ ਹੀ ਲਿਆ। ਮੈਂ ਤੁਹਾਨੂੰ ਦੱਸਿਆ 92 ਤੋਂ ਬੱਤੀਆਂ ਤੇ ਆ ਗਏ ਨੇ, ਬੱਤੀਆਂ ਤੋਂ 10-12 ਤੇ ਤੁਰ ਜਾਣਾ। ਅੱਜ ਆਖਰੀ ਦਿਨ ਹੈ, ਤੁਸੀਂ BSC ਦੀ ਮੀਟਿੰਗ ਦੇ ਦਿਨ ਵਧਾਉਣ ਦੀ ਗੱਲਬਾਤ ਕਰੋਗੇ ਕਿ ਦਿਨ ਵਧਾਓ? ਤੁਸੀਂ ਸਮਝਦੇ ਹੋ ਇਹਨਾਂ 'ਚ ਤਾਕਤ ਹੈ, ਇਹਨਾਂ ਕੋਲ ਫੇਸ ਕਰਨ ਦੀ ਤਾਕਤ ਹੀ ਹੈ ਨਹੀਂ, ਇਹ ਭੱਜਣਾ ਚਾਹੁੰਦੇ ਤੇ ਕੰਸਟੀਟਿਊਸ਼ਨਲ ਮਜਬੂਰੀ ਹੈ। 6 ਮਹੀਨਿਆਂ ਦੇ ਵਿੱਚ ਹਾਊਸ ਪਿਛਲੀ ਵਾਰ ਮਾਰਚ 'ਚ ਮਿਲਿਆ ਸੀ, ਸਪਟੈਂਬਰ ਤੱਕ ਇਹਨਾਂ ਦੀ ਮਜਬੂਰੀ ਬਣ ਗਈ ਹੈ। ਇਹ ਤੇ ਜੇ ਇਹਨਾਂ ਦਾ ਵਾਸ ਚੱਲਦਾ ਤੇ 1 ਘੰਟਾ ਵੀ ਇਹਨਾਂ ਹਾਊਸ ਨਹੀਂ ਸੀ ਇੱਥੇ ਕਨਵੀਨ ਕਰਨਾ। ਇਹਨਾਂ ਦੀ ਇੱਕ ਕੰਸਟੀਟਿਊਸ਼ਨਲ ਮਜਬੂਰੀ ਹੈ, ਕਿੰਨੀ ਕੁ ਸੁਣਵਾਈ ਇੱਥੇ ਜੇ ਤੇ ਸਪੀਕਰ ਵਿਧਾਨ ਸਭਾ 1 ASI ਵਾਸਤੇ ਹਾੜੇ ਕੱਢਦਾ ਫਿਰਦਾ, ਸਾਰੇ ਹਾਊਸ ਨੂੰ ਬੇਨਤੀ ਕਰਦਾ ਫਿਰਦਾ, ਉਹਦੀ ਬੇਨਤੀ ਕਬੂਲੀ ਨਹੀਂ ਜਾਂਦੀ। ਤੁਸੀਂ ਵੇਖੋ ਉੱਥੇ ਆਮ ਸਧਾਰਨ ਪੰਜਾਬੀ ਦਾ ਕੀ ਹਾਲ ਹੈ, ਕੀ ਇੱਥੇ ਪੰਜਾਬ ਦਾ ਸਾਰਾ ਕਿਸਾਨ ਬਾਰਡਰਾਂ 'ਤੇ ਬੈਠਾ, ਕਿਸੇ ਨੇ ਵੇਖੋ ਕੱਲ੍ਹ